ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਕਿਆ ਜਿੱਦੇ ਉਹਨੇ ਮੈਨੂੰ ਓਵਰਟੇਕ ਕੀਤਾ ਤੇ ਟਰੱਕ ਖੱਡੇ 'ਚ ਜਾ ਕੇ ਵੱਜਿਆ। ਪਹਿਲਾਂ ਖੱਡੇ 'ਚ ਵੱਜਣ ਦੇ ਨਾਲ ਡਰਾਈਵਰ ਨੇ ਚਾਹਿਆ ਹਾਂ ਵੀ ਮੈਂ ਇਹਨੂੰ ਰਾਈਟ ਟਰਨ ਕਰਾਂ, ਅਤੇ ਉਹ ਇੰਨਾ ਜ਼ੋਰ ਦੀ ਝਟਕਾ ਲੱਗਿਆ ਟਰੱਕ ਨੂੰ, ਉਹਨੇ ਰਾਈਟ ਸਾਈਡ ਟਰਨ ਕੀਤੀ, ਉਹ ਜਾ ਕੇ ਵਿਚਾਰਾ ਹਾਂ ਵੀ ਡਿਵੇਟਰ 'ਤੇ ਚੜ ਗਿਆ ਟਰੱਕ ਵਾਲਾ, ਅਤੇ ਟਰੱਕ ਉਹਦੇ ਨਾਲ ਵੱਜਦੇ ਸਾਰੀ ਡਿਵੇਟਰ ਦੇ ਨਾਲ ਉੱਪਰ ਹਵਾ 'ਚ ਉਛਲਿਆ, ਹਵਾ 'ਚ ਉਛਲ ਕੇ ਨੀਚੇ ਗਿਰਿਆ। ਕਾਰਨ ਸੀ, ਇੱਕ ਤਾਂ ਇਹ ਰੋਡ 'ਤੇ ਖੱਡੇ ਨੇ ਬਹੁਤ ਜ਼ਿਆਦਾ, ਇੱਕ ਉਹ ਖੱਡੇ ਨੂੰ ਬਚਾਉਣ ਕਰਕੇ ਟਰੱਕ ਵਾਲੇ ਨੇ ਡਿਵਾਈਡਰ 'ਤੇ ਗੱਡੀ ਚੜ੍ਹਾਤੀ, ਅਤੇ ਇੱਕ ਧੁੰਦ ਦਾ ਟਾਈਮ ਸੀ, ਇੱਕ ਰੋਡ ਖਰਾਬ, ਸਾਫ਼ ਰੋਡ ਨਹੀਂ ਹੈਗੀ ਇੱਥੇ, ਉਹਦੇ ਕਰਕੇ ਟਰੱਕ ਡਿਵਾਈਡਰ 'ਤੇ ਚੜ੍ਹ ਗਿਆ, ਅਤੇ ਡਿਵਾਈਡਰ 'ਤੇ ਚੜ੍ਹਨ ਕਾਰਨ ਇਹ ਹਾਦਸਾ ਵਾਪਰਿਆ, ਜਿਹੜੀ ਕਿ ਬਹੁਤ ਮੰਦਭਾਗੀ ਇਹ ਗੱਲ ਆ ਕਿ ਜਦੋਂ ਮਤਲਬ ਕਿ ਇਹ ਖੱਡੇ ਨੇ ਇਸ ਰੋਡ 'ਤੇ ਭਰਨੇ ਚਾਹੀਦੇ, ਸਰਕਾਰ ਨੂੰ ਮੁਰੰਮਤ ਇਹਨਾਂ ਦੀ ਹੋਣੀ ਚਾਹੀਦੀ ਆ ਤਾਂ ਕਰਕੇ ਅੱਗੇ ਤੋਂ ਇਹ ਹਾਦਸਾ ਨਾ ਵਾਪਰੇ। ਕਿੰਨੇ ਕੁ ਵਜੇ ਦਾ ਹਾਦਸਾ ਜੀ? ਇਹ ਸਵੇਰੇ 10:30-11 ਦਾ ਹਾਦਸਾ ਹੋਇਆ ਜੀ। ਮੈਂ ਚੰਡੀਗੜ੍ਹ ਤੋਂ ਰੋਪੜ ਜਾ ਰਿਹਾ ਸੀਗਾ ਜੀ, ਅਤੇ ਮੈਂ ਲੈਫਟ ਸਾਈਡ 'ਤੇ ਡਰਾਈਵ ਕਰ ਰਿਹਾ ਸੀਗਾ, ਟਰੱਕ ਨੇ ਮੈਨੂੰ ਰਾਈਟ ਸਾਈਡ ਤੋਂ ਥੋੜ੍ਹਾ ਜਿਹਾ ਓਵਰਟੇਕ ਕੀਤਾ, ਮਤਲਬ ਕਿ ਬਿਲਕੁਲ ਪੈਰਲਰ ਆ ਗਿਆ ਮੇਰੇ, ਅਤੇ ਮੈਂ ਕੀ ਦੇਖ ਕੇ ਕਿਹਾ ਜਿੱਦਾਂ ਹੀ ਉਹਨੇ ਮੈਨੂੰ ਓਵਰਟੇਕ ਕੀਤਾ ਅਤੇ ਟਰੱਕ ਖੱਡੇ 'ਚ ਜਾ ਕੇ ਵੱਜਿਆ। ਪਹਿਲਾਂ ਖੱਡੇ 'ਚ ਵੱਜਣ ਦੇ ਨਾਲ ਡਰਾਈਵਰ ਨੇ ਚਾਹਿਆ ਹਾਂ ਵੀ ਮੈਂ ਇਹਨੂੰ ਰਾਈਟ ਟਰਨ ਕਰਾਂ, ਅਤੇ ਉਹ ਇੰਨਾ ਜ਼ੋਰ ਦੀ ਝਟਕਾ ਲੱਗਿਆ ਟਰੱਕ ਨੂੰ, ਉਹਨੇ ਰਾਈਟ ਸਾਈਡ ਟਰਨ ਕੀਤੀ, ਉਹ ਜਾ ਕੇ ਵਿਚਾਰਾ ਹਾਂ ਵੀ ਡਿਵੇਟਰ 'ਤੇ ਚੜ ਗਿਆ ਟਰੱਕ ਵਾਲਾ, ਅਤੇ ਟਰੱਕ ਉਹਦੇ ਨਾਲ ਵੱਜਦੇ ਸਾਰੀ ਡਿਵੇਟਰ ਦੇ ਨਾਲ ਉੱਪਰ ਹਵਾ 'ਚ ਉਛਲਿਆ, ਹਵਾ 'ਚ ਉਛਲ ਕੇ ਨੀਚੇ ਗਿਰਿਆ। ਅਤੇ ਬਿਲਕੁਲ ਮੈਨੂੰ ਲੱਗ ਰਿਹਾ ਸੀਗਾ ਹਾਂ ਵੀ ਉਹ ਟਰੱਕ ਮੇਰੇ ਉੱਤੇ ਹੀ ਗਿਰ ਜਾਏਗਾ, ਅਤੇ ਤੁਸੀਂ ਕਹਿ ਸਕਦੇ ਹੋ ਹਾਂ ਵੀ ਰੱਬ ਨੇ ਰੱਖ ਲਿਆ ਵੀ ਮੈਂ ਲੈਫਟ ਸਾਈਡ 'ਤੇ ਆਪਣੀ ਗੱਡੀ ਟਰਨ ਕਰਕੇ ਕੱਚੇ 'ਚ ਉਤਾਰ ਲਈ, ਅਤੇ ਨਾਲ ਹੀ ਇੱਥੇ ਤਾਰਾਂ ਸੀਗੀਆਂ, ਖੰਭੇ ਸੀਗੇ, ਉਹ ਨਾਲ ਦੀ ਨਾਲ ਮੇਰੇ ਅੱਗੇ ਗਿਰ ਗਏ, ਅਤੇ ਆ ਵਾਸ਼ਿੰਗ ਸਟੇਸ਼ਨ ਵਾਲਿਆਂ ਨੇ ਤਾਰਾਂ ਤੁਰਾਂ ਕੱਢੀਆਂ ਮੇਰੇ ਟਾਇਰ ਦੇ ਨੀਚੋਂ, ਅਤੇ ਮੈਨੂੰ ਕਿਹਾ ਵੀ ਤੁਸੀਂ ਆਪਣੀ ਗੱਡੀ ਅੱਗੇ ਕਰੋ ਤਾਂ ਕਿ ਪਿਛਲਾ ਟ੍ਰੈਫਿਕ ਨਿਕਲ ਜਾਏ। ਜਿਹੜੇ ਰੋਡ ਦੇ ਉੱਪਰ ਖੱਡੇ, ਇਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ? ਅਸੀਂ ਕਾਫੀ ਟਾਈਮ ਤੋਂ ਸਾਡੀ ਟੂਰਿੰਗ ਰਹਿੰਦੀ ਹੈ ਭਾਅ ਜੀ, ਜੋਬ ਇੱਦਾਂ ਦੀ ਹੈਗੀ ਹੈ ਅਤੇ ਆਪਾਂ ਉੱਥੇ ਵਿਜ਼ਿਟ ਕਰਦੇ ਰਹਿੰਦੇ ਹਾਂ, ਜਾਂਦੇ ਹਾਂ, ਇਹ ਸੜਕਾਂ 'ਤੇ ਅੱਜ ਤੱਕ ਖੱਡੇ ਠੀਕ ਹੀ ਨਹੀਂ ਹੋਏ ਜੀ, ਪੈਚ ਵਰਕ ਹੋ ਜਾਂਦਾ, ਇੱਕ ਦੋ ਮੀਂਹ ਪੈਂਦੇ ਨੇ ਫਿਰ ਦੁਬਾਰਾ ਪੈਚ ਵਰਕ ਉੱਦਾਂ ਹੀ ਹੋ ਜਾਂਦਾ। ਖੱਡੇ ਬਹੁਤ ਟਾਈਮ ਤੋਂ ਹੈਗੇ ਨੇ ਔਰ ਇੱਥੇ ਗਵਰਨਮੈਂਟ ਨੂੰ ਕੰਮ ਕਰਨਾ ਚਾਹੀਦਾ, ਇੰਨੇ ਇੰਨੇ ਰੋਡ ਟੈਕਸ ਲੈ ਰਹੇ ਨੇ ਅਤੇ ਟੋਲ ਟੈਕਸ ਲੈ ਰਹੇ ਨੇ ਸੈਪਰੇਟਲੀ, ਹੁਣ ਤਾਂ ਫਾਸਟੈਗ ਵੀ ਲਵਾ ਲਿਆ, ਆਹ ਪੇ ਕਰੋ, ਇੱਦਾਂ ਕਰੋ, ਇੱਦਾਂ ਕਰੋ, ਬਟ ਸਟਿਲ ਸੜਕਾਂ 'ਚ ਸੁਧਾਰ ਨਹੀਂ ਹੈਗਾ, ਇਹ ਤਾਂ ਬਹੁਤ ਟਾਈਮ ਤੋਂ ਪੈਂਡਿੰਗ ਹੈ ਜੀ। ਇਹ ਟਿੱਪੋ ਜਿਹੜਾ ਰਾਖੀ ਦਾ ਭਰਿਆ ਹੋਇਆ ਸੀ, ਇਹ ਪੁਲਿਸ ਲਾਈਨ ਸਾਈਡ ਤੋਂ ਇੱਧਰ ਬਾਈਪਾਸ ਨੂੰ ਆ ਰਿਹਾ ਸੀ, ਇਹ ਖੱਡੇ 'ਚ ਵੱਜਣ ਕਾਰਨ ਗੱਡੀ ਜਿਹੜੀ ਆ ਆਊਟ ਆਫ ਕੰਟਰੋਲ ਹੋ ਗਈ ਸੀ, ਮਤਲਬ ਸਪੀਡ 'ਤੇ ਸੀ, ਓਵਰ ਸਪੀਡ ਸੀ, ਅਤੇ ਉਹ ਡਿਵਾਈਡਰ ਦੇ ਉੱਤੇ ਚੜ੍ਹ ਕੇ ਖੰਭੇ ਦੇ ਨਾਲ ਟਕਰਾ ਕੇ ਗੱਡੀ ਪਲਟ ਗਈ ਸੀ, ਅਤੇ ਡਰਾਈਵਰ ਦੀ ਔਨ ਦਾ ਸਪੋਟ ਡੈਥ ਹੋ ਗਈ ਸੀ। ਧੁੰਦ ਵੀ ਕਾਰਨ ਸੀ ਜੀ? ਹਾਂ, ਧੁੰਦ ਦਾ ਮੌਸਮ ਸੀ, ਹੋ ਸਕਦਾ ਧੁੰਦ ਦੇ ਕਾਰਨ ਵੀ ਮਤਲਬ ਜਿਹੜਾ ਉਹਨੂੰ ਵਿਜੀਬਿਲਟੀ ਘੱਟ ਹੋਣ ਕਾਰਨ ਵੀ ਪ੍ਰੋਬਲਮ ਆਈ ਹੋਵੇ। ਅਸੀਂ ਤੁਸੀਂ ਕੀ ਕਹਿਣਾ ਚਾਹੁੰਦੇ? ਅੱਜ ਐਕਸੀਡੈਂਟ ਵੀ ਹੋਇਆ, ਅੱਜ ਇੱਕ ਐਕਸੀਡੈਂਟ ਹੋਇਆ, ਉਹ 'ਚ ਇੱਕ ਡਰਾਈਵਰ ਦੀ ਜਿਹੜੀ ਮੌਤ ਹੋ ਗਈ ਹੈ, ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜੀ ਸੜਕਾਂ ਦੇ ਹਾਲਾਤ? ਦੇਖੋ, ਪਹਿਲਾਂ ਤਾਂ ਜਿਹੜੀ ਬਾਈਪਾਸ ਦੀ ਸੜਕ ਹੈ, ਇਹਦਾ ਉੱਪਰ ਮਟੀਰੀਅਲ ਨਹੀਂ ਸਹੀ ਲੱਗਿਆ ਕਿ ਜਲਦੀ ਟੁੱਟ ਗਈ ਹੈ, ਜਿਹੜੇ ਪ੍ਰਸ਼ਾਸਨ ਨਾਲ ਪਹਿਲਾਂ ਬਣਾਈ ਅਫਸਰਾਂ ਨਾਲ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹ ਮੈਂ ਹੁਣ ਨਹੀਂ, ਮੀਡੀਆ ਰਾਹੀਂ ਪਹਿਲਾਂ ਵੀ ਡੀਸੀ ਦੇ ਧਿਆਨ 'ਚ ਵੀ ਹੈਗਾ, ਅਫਸਰਾਂ ਦੇ ਧਿਆਨ 'ਚ ਵੀ ਹੈਗਾ ਹੈ, ਉੱਪਰ ਹਾਈ ਲੈਵਲ ਦੇ ਜਿਹੜੇ ਚੰਡੀਗੜ੍ਹ ਅਫਸਰ ਬੈਠੇ ਆ ਉਹਨਾਂ ਦੇ ਧਿਆਨ ਵਿੱਚ ਵੀ ਹੈਗਾ ਹੈ। ਉਸ ਤੋਂ ਬਾਅਦ ਵੀ ਅਗਰ ਇਹ ਖੱਡੇ ਹੈਗੇ ਆ ਪ੍ਰਸ਼ਾਸਨ ਦੇ ਧਿਆਨ ਵਿੱਚ, ਜਦੋਂ ਵੀ ਕੋਈ ਮੀਟਿੰਗ ਹੁੰਦੀ ਹੈਗੀ ਹੈ, ਚਾਹੇ ਸ਼ਿਕਾਇਤ ਨਿਵਾਰਨ ਕਮੇਟੀ ਦੀ, ਚਾਹੇ MP ਸਾਹਿਬ ਮੀਟਿੰਗ ਲੈਣ, ਜਾਂ ਹੋਰ ਵੀ ਕੋਈ ਮੀਟਿੰਗ ਆਉਂਦੀ, ਹਮੇਸ਼ਾ ਇਲਾਕੇ ਦੇ ਹਰ ਮੁੱਦੇ ਦੀ, ਕੋਈ ਸੜਕਾਂ ਦੀ ਗੱਲ ਕਰ ਦਾਂਗੇ, ਭਾਈ ਇੱਥੇ ਸੜਕ ਟੁੱਟੀਆਂ, ਧਿਆਨ ਕਰੋ ਹੈਗਾ। ਦੇਖੋ, ਜੇ ਫਿਰ ਵੀ ਸੜਕਾਂ ਨਹੀਂ ਠੀਕ ਹੁੰਦੀਆਂ ਜਾਂ ਕੋਈ ਪ੍ਰੋਬਲਮ ਹੈਗੀ ਹੈ, ਉਹਦੇ ਵਿੱਚੋਂ ਪ੍ਰਸ਼ਾਸਨ ਜ਼ਿੰਮੇਵਾਰ ਹੈਗਾ, ਪ੍ਰਸ਼ਾਸਨ ਹੀ ਜ਼ਿੰਮੇਵਾਰ ਆ, ਕਿਉਂਕਿ ਅਸੀਂ, ਸਾਡਾ ਕੰਮ ਉਹਨਾਂ ਨੂੰ ਦੱਸਣਾ, ਬਣਾਉਣੀਆਂ ਪ੍ਰਸ਼ਾਸਨ ਆ ਹੈਗੀਆਂ, ਹੈਂ, ਜੇ ਉਹ ਨਹੀਂ ਕਰਦੇ ਹਨ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰਸ਼ਾਸਨ ਵੱਧ ਤੋਂ ਵੱਧ ਜ਼ਿੰਮੇਵਾਰ ਇਹਨਾਂ ਚੀਜ਼ਾਂ ਪ੍ਰਸ਼ਾਸਨ, ਜੇ ਅੱਜ ਡੈਥ ਹੋਈ ਹੈ ਜਿਹਦੇ ਮਾਂ ਪਿਓ ਦਾ ਬੇਟਾ ਚੱਲ ਗਿਆ, ਜਿਹਦਾ ਭੈਣ ਦਾ ਕਿਸੇ ਦਾ ਆਦਮੀ ਚੱਲ ਗਿਆ, ਜਿਹਦੇ ਕਿ ਬੱਚੇ ਦਾ ਬਾਪ ਚੱਲ ਗਿਆ, ਉਹਨਾਂ ਨੂੰ ਪੁੱਛ ਕੇ ਦੇਖੋ ਕਿਆ ਹਾਲਾਤ ਹੈ ਉਹਨਾਂ ਦੇ, ਠੀਕ ਹੈ, ਉਹ ਕਿਹਾ ਉਹਦੇ ਘਰ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, PR ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ।
ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 466 77009।